ਭਾਈ ਕੁਲਦੀਪ ਭੂਆ ਦਾ ਮੁੰਡਾ ਅਤੇ ਅੱਜ ਦੀਪ ਨੱਤਾਂ ਵਾਲੇ ਆਪਣੇ ਕੋਲ ਆਏ ਨੇ ਜੀ। ਆ ਤੁਸੀਂ ਦੇਖ ਸਕਦੇ ਇੱਕ SSD ਕੀਬੋਰਡ ਅਤੇ ਜਿਹੜਾ ਮੇਰੇ ਕੋਲ ਕੰਪਿਊਟਰ ਪਿਆ ਸੀਗਾ ਉਹਦਾ UPS ਅਤੇ CPU ਹਾਂ ਕੰਪਿਊਟਰ ਓਪਰੇਟਰ ਉਹ ਆਪਾਂ ਅੱਜ ਉਹਨੂੰ ਦੇਣਾ ਵਾ ਜੀ ਅਤੇ ਤੁਹਾਨੂੰ ਦਿਖਾਉਂਦੇ ਹਾਂ। ਆਹ ਫਿਰਦਾ ਜੀ ਦੀਪ ਨੱਤਾਂ ਵਾਲਾ, ਆਹ ਦੀਪ ਨੱਤਾਂ ਵਾਲਾ ਫਿਰਦਾ ਜੀ। ਇਹ ਮੇਰੇ ਕੋਲ ਸਮਾਨ ਲੈਣ ਆਇਆ ਅਤੇ ਆਹ ਦੇਖੋ ਜੀ ਨੀਚੇ ਓਪਰੇਸ਼ਨ ਚੱਲ ਰਿਹਾ। ਚਲੋ ਬਾਕੀ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਹਾਂ। ਅਸੀਂ ਕੰਪਿਊਟਰ ਦਾ ਚਕਲ ਚੁੰਡਾ ਆ ਦੇਖੋ ਜੀ ਬਾਲ ਛਾਟਾ ਬਣਿਆ ਪਿਆ। ਤੇ ਆ ਜੀ ਡੱਬਾ, ਫੜੋ ਕੈਮਰਾ, ਆਪਾਂ ਸਾਰੀ ਬਲੋਗਿੰਗ ਦਿਖਾਉਂਦੇ। ਪੰਜ ਘੰਟੇ ਦੀ ਬੈਟਰੀ ਹੈ ਨਾ, ਪੰਜ ਘੰਟੇ ਦੀ ਰਿਕਾਰਡਿੰਗ ਆ। ਅੱਛਾ ਬੈਟਰੀ ਨਹੀਂ ਹੈ ਜੀ, ਕਿੰਨੇ ਦਾ? ਇੱਧਰ ਦਿਖਾਓ ਵੀਰੇ, ਇੱਧਰ ਉਧਰ ਹੀ ਦੇਖਦਾ। ਹਾਂਜੀ ਹਾਂਜੀ, ਤੂੰ ਦੇਖਦਾ ਤੇ ਉਧਰ ਦੇਖਦਾ। SSD ਠੀਕ ਹੈ ਜੀ, ਤੇ ਅੱਜ ਆਪਾਂ ਇਹਨਾਂ ਨੂੰ PC ਤਿਆਰ ਕਰਕੇ ਦੇਣਾ। ਦੁਬਾਰਾ ਕੰਪਿਊਟਰ ਨੂੰ ਆਨ ਕਰਕੇ ਦੇਖਦੇ ਆ। ਆਪਾਂ ਯਾਨੀ 1200 ਕਰ ਲੈਣੀ ਆ ਹਨਾ, 1250 ਫਿਰ ਤਾਂ ਬਹੁਤ ਬਹੁਤ ਸਪੀਡ ਹੋ ਜਾਣੀ ਆਪਣੇ ਕੋਲ। ਨਹੀਂ ਉਹ ਸਪੇਸ ਲਈ ਕੰਮ ਆਊਗਾ, ਇਹ ਸਪੀਡ ਲਈ ਕੰਮ ਆਊਗਾ। ਅਤੇ ਓਕੇ ਆ ਜੀ, ਚਾਲੂ ਹੋਣ ਲੱਗਿਆ ਹੁਣ ਦੇਖੋ ਜੀ ਵਿੰਡੋ ਆਨ ਹੋ ਰਹੀ ਹੈ। ਮਾਊਸ ਲਗਾਓ, ਮਾਊਸ ਕੀਬੋਰਡ ਵੀ ਲਗਾਉਣਾ ਪੈਣਾ ਆਪਾਂ ਨੂੰ। 4GB ਆਪਾਂ ਰੈਮ ਹੋਰ ਪਾ ਕੇ 8GB ਹੋ ਗਈ ਆਪਣੀ ਸਪੀਡ ਬਣ ਗਈ ਮਿਊਜ਼ਿਕ ਲਈ, ਬਹੁਤ ਵਧੀਆ। ਯੈਸ, ਕੀਬੋਰਡ ਲਗਾਓ ਮੂਰੇ ਇੱਕ ਹੀ ਹੈ। ਅਤੇ ਆ ਚੁੱਕੀ ਹੈ ਜੀ ਸਕਰੀਨ, ਅਤੇ ਕੀਬੋਰਡ ਲਗਾ ਰਹੇ ਆ ਜੀ। ਆਹ ਸਕਰੀਨ ਆ ਚੁੱਕੀ ਹੈ, ਦੇਖ ਲਿਓ ਤੁਸੀਂ ਕੀਬੋਰਡ ਲੱਗ ਕੇ। ਅਤੇ ਆਪਾਂ ਪਾਸਵਰਡ ਭਰਨਾ। ਓਕੇ ਜੀ, ਆ ਗ੍ਰੀਨ ਸਿਗਨਲ ਆ ਗਿਆ, ਪਾਸਵਰਡ ਥੋੜ੍ਹਾ ਪ੍ਰਾਈਵੇਸੀ ਹੈ। ਥੋੜ੍ਹੀ ਜਿਹੀ ਗਲਤੀ ਹੋ ਗਈ, ਚਲੋ ਕੋਈ ਨਹੀਂ ਜੀ,
ਆਹ ਦੇਖੋ ਕੀ ਲਿਖਿਆ ਹੋਇਆ, ਤੂੰ ਖੋਲ ਕੇ ਕੀ ਲੈਣਾ ਬੰਦ ਕਰ ਦੇ। ਸਪੀਡ ਹੈ ਬਾਈ, ਖੁੱਲ ਗਿਆ ਮਿੰਟ 'ਚ ਖੁੱਲ ਗਿਆ। ਆਹ ਦੇਖੋ ਹੈਂ, 4 GB ਮਿਲ ਗਿਆ ਅਤੇ ਓਕੇ ਰਿਪੋਰਟ ਹੈ ਜੀ। ਸੋਫਟਵੇਅਰ ਬੋਲ ਸਰ, ਬੈਠਾ ਬਾਈ ਸਾਡਾ ਦੇਖੋ ਹੈ, ਪ੍ਰਧਾਨ ਬਣਿਆ ਬੈਠਾ ਸਾਰਾ, ਡੀਸੀ ਹੈ ਕਿ ਮੈਂ ਬੈਠਾ। ਚਲੋ ਜੀ ਚੱਲੀਏ, ਚੱਲ ਪਾਈਏ। ਚੱਕੋ ਬਾਈ ਸਮਾਨ, ਓਹੋ ਓਹੋ, ਲਾ ਦੋ ਜੀ ਲੋਕ। ਸੋ ਫਾਈਨਲੀ ਪਹੁੰਚ ਗਏ ਜੀ, ਹੁਣ ਅੰਦਰ ਤੁਹਾਨੂੰ ਸੈਟਅਪ ਕਰਕੇ ਦਿਖਾਉਂਦੇ ਹਾਂ ਸਾਰਾ। ਦੋਸਤੋ ਇਹ ਆ ਸੈਟਅਪ, ਹੌਲੀ ਹੌਲੀ ਤਿਆਰ ਕਰ ਰਹੇ ਹਾਂ। ਜਿਵੇਂ ਵੀ ਤੁਸੀਂ ਦੇਖ ਸਕਦੇ ਹੋ, ਮਾਈਕ ਕੰਪਿਊਟਰ ਆਹ CPU ਆਪਾਂ ਤਿਆਰ ਕਰਵਾ ਕੇ ਲਿਆਂਦਾ ਨਹੀਂ, ਅਤੇ ਨੀਚੇ ਗੱਦੇ ਵਿਛਾਏ ਹੋਏ ਨੇ ਪ੍ਰੋਪਰ ਸਾਊਂਡ ਪ੍ਰੂਫ, ਆਹ ਫੋਮ ਲਿਆਂਦੀ ਹੋਈ ਆ ਸਾਊਂਡ ਪ੍ਰੂਫਿੰਗ ਲਈ, ਅਤੇ ਹੌਲੀ ਹੌਲੀ ਇਹ ਵੀ ਕਰੀ ਜਾ ਰਿਹਾ ਕੰਮ। ਚੁੱਕ ਤੇ ਲੜ ਪੈ ਯਾ, ਦੇਖੀ ਲਾ ਕੇ ਆ ਵੀ ਲੱਗ ਰਿਹਾ।
ਫੜੀ ਜਾਵੇਗੀ ਬਾਬਾ ਚੱਲੂ ਇਹ ਤਾਂ ਚੱਲੂ ਕਿੱਧਰਲੇ ਪਾਸੇ ਰੱਖਣਾ ਮੈਂ ਜਿੱਦ ਤੱਕ ਮਾਈਕ ਲਿਖਿਆ ਕੁਰਸੀ ਨਾ ਉਹ ਬਈ ਸੋ ਫਾਈਨਲੀ ਸਟਾਰਟ ਕਰਤਾ ਛੋਟੀ ਆਈ ਹੈ ਜੀ ਵੀ ਨਾ ਪੂਰਾ ਨਹੀਂ ਆਇਆ ਨਹੀਂ ਇਹ ਓਦਾਂ ਹੀ ਆਉਂਦਾ ਕੀ ਸੀਗਾ ਖੁੱਲ ਗਿਆ ਸੋ ਫਾਈਨਲੀ ਓਪਨ ਹੋ ਚੁੱਕਿਆ ਜੀ ਇਹਦਾ 2 ਸਕਿੰਟੇ ਵੀ ਲੱਗਿਆ ਨਾ ਆਨ ਹੋਣ ਫਰਕ ਤਾਂ ਪੈਂਦਾ ਹੀ ਆ ਫਰਕ ਪੈਂਦਾ ਹੁਣ ਆਪਣਾ ਪਹਿਲਾਂ ਉਹ ਕਾਫੀ ਪੁਰਾਣਾ ਸੀਗਾ ਨਾ ਉਹਦੀ ਰੈਮ ਵੀ ਘੱਟ ਸੀ ਰਣ ਹੋਣ ਕਰਕੇ ਉਹ 4 GB ਵੱਧ ਨਹੀਂ ਸਕਦੇ ਸੀ ਉਹਨਾਂ ਦੀ ਸਿੱਧੀ 4 GB ਰੈਮ ਪਾਈ ਆ ਤੇ ਆਪਾਂ 4 GB ਹੋਰ ਪਾ ਲੈਣੀ ਆ ਰੁਕ ਕੇ ਜੋ ਆਪਾਂ ਨੂੰ ਚਾਹੀਦਾ ਉਹ ਹੋ ਜਾਣਾ ਆਪਾਂ ਨੂੰ ਸੋ ਦੋਸਤੋ ਬਿਗਨਰਸ ਲਈ ਆਹ ਸੈਟਅਪ ਤੁਸੀਂ ਕਰ ਸਕਦੇ ਹੋ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਇੰਟਲ ਕੋਰ i3 ਪ੍ਰੋਸੈਸਰ ਇਹਦੇ ਵਿੱਚ 3.20 ਗੈਗਾਹਰਟਜ਼ ਅਤੇ 4 GB ਰੈਮ ਆ ਇਹ ਅਸੀਂ ਹੁਣ 4-8 GB ਕਰ ਲਾਂਗੇ ਜੀ 64-bit 'ਚ ਆਪਾਂ ਨੇ ਵਿੰਡੋ 10 ਦਾ ਪਾਇਆ ਹੋਇਆ ਵਾ ਅਤੇ ਬਾਕੀ ਹੁਣ ਦੀਪ ਨਤਾਲਾ ਤੁਹਾਨੂੰ FL ਸਟੂਡੀਓ ਚਲਾ ਕੇ ਦਿਖਾਊਗਾ ਜੀ ਕੁਰਸੀਆਂ ਵੀ ਨਵੀਆਂ ਲੈ ਕੇ ਆਉਣੀਆਂ ਨੇ ਯਾਰ ਠੀਕ ਆ ਨਾ ਅਤੇ ਬਾਕੀ ਟਿਊਜ਼ਡੇ ਦਾ ਪਲੈਨ ਬਣਦਾ ਵੋਕਲ ਬੂਥ ਬਣਾਉਣ ਨੂੰ ਅਤੇ ਸ਼ਾਇਦ ਦਿੱਲੀ ਜਾਣ ਨੂੰ ਦਿੱਲੀ ਜਾਣ ਦਾ ਪਲੈਨਿੰਗ ਹੋ ਰਹੀ ਆ ਅਕੌਸਟਿਕ ਫੋਮ ਲੈ ਕੇ ਆਉਣੀ ਉੱਥੋਂ ਉੱਥੋਂ ਥੋੜ੍ਹਾ ਜਿਹਾ ਆਪਣਾ ਸਮਾਨ ਲੁਧਿਆਣੇ ਤੋਂ ਮਿਲ ਨਹੀਂ ਰਿਹਾ ਤਾਂ ਦਿੱਲੀ ਹੋਲਸੇਲ ਤੋਂ ਲੈ ਕੇ ਆਵਾਂਗੇ ਅੱਜ ਕਿੰਨੀ ਛੇਤੀ ਚੱਲ ਪਿਆ ਅੰਧੇਰਾ ਕੰਪਰੋਮਾਈਜ਼ ਕਰ ਲਿਓ ਦੋਸਤੋ ਬੀਟ ਸੁਣੋ ਇੱਥੋਂ ਘੱਟ ਕਰ ਦਿੰਦੇ ਇੱਧਰੋਂ
ਨਹੀਂ ਹੈਡਫੋਨ ਹੀ ਲੈ ਕੇ ਆਉਣਾ। ਸੋ ਬਲੌਗਿੰਗ ਦੇ ਐਂਡ 'ਚ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਬਲੌਗਿੰਗ ਦੇ ਐਂਡ 'ਚ ਬਸ ਹੌਲੀ ਹੌਲੀ ਸਿੱਖ ਰਹੇ ਹਾਂ FL ਸਟੂਡੀਓ ਦਾ, ਕਿਉਂਕਿ ਕਾਫੀ ਮੈਂ ਕਹਿੰਦਾ ਰਾਈਟਰਾਂ ਦੀ ਹੁਣ ਸਿੰਗਰਾਂ ਦੀ ਹੁਣ ਮਿਹਨਤਾਂ ਕਰਨੀਆਂ ਕਿਹੜਾ ਸੌਖੀਆਂ ਨੇ ਵੀ ਸਾਡੇ ਗਾਣੇ ਕਰ ਲਓ, ਤਾਂ ਕਰਕੇ FL ਸਟੂਡੀਓ ਦਾ ਸਿੱਖ ਰਹੇ ਹਾਂ ਕਿ ਜਿਹੜੀ ਸਾਡੀਆਂ ਲਿਖਤਾਂ ਨੇ ਅਸੀਂ ਆਪ ਹੀ ਉਹਨਾਂ ਨੂੰ ਗਾ ਸਕੀਏ ਅਤੇ ਸਭ ਦੇ ਸਾਹਮਣੇ ਲਿਆ ਸਕੀਏ। ਬਾਕੀ ਦੇਖਦੇ ਹਾਂ, ਕੋਈ ਨਾ ਹੌਲੀ ਹੌਲੀ ਸਿੱਖ ਜਾਂਗੇ, ਜਿਵੇਂ ਲਿਖਣਾ ਸਿੱਖੇ ਸੀ ਪਹਿਲਾਂ ਲਿਖਣਾ ਕਿਹੜਾ ਆਉਂਦਾ ਸੀਗਾ, ਹੌਲੀ ਹੌਲੀ ਪ੍ਰੈਕਟਿਸ ਕਰੇ ਅਤੇ ਉਹ ਵੀ ਸਿੱਖ ਗਏ ਅਤੇ ਇਹ ਵੀ ਸਿੱਖ ਜਾਂਗੇ ਹੌਲੀ ਹੌਲੀ।